ਅਜਨਾਲਾ ਜੋ ਕਿ ਅਜਨਾਲਾ ਹਲਕਾ ਇਹਨਾਂ ਦਾ ਪਰਿਵਾਰਕ ਆਪਣਾ ਸੰਬੰਧ ਹੈ ਔਰ ਸਾਬਕਾ MLA ਨੇ ਉੱਥੋਂ ਅੱਜ ਇੱਥੇ ਅਸੀਂ ਸਵੇਰੇ ਗੱਲ ਹੋਈ ਸੀ ਕਿ ਮੈਂ ਕੱਲ੍ਹ 2-3 ਦਿਨ ਦੀ ਗੱਲ ਸੀ ਮੈਂ ਠੀਕ ਨਹੀਂ ਸੀ ਇਸ ਕਰਕੇ ਆ ਨਹੀਂ ਸਕਿਆ ਅਤੇ ਇਹਨਾਂ ਨੇ ਕਿਹਾ ਵੀ ਚਾਹ ਦਾ ਕੱਪ ਇੱਕ ਵਰਕਰਾਂ ਆਪਾਂ ਪੀ ਲਈਏ ਅਤੇ ਸੋ ਅੱਜ ਵਰਕਰ ਇਹਨਾਂ ਨੇ ਬੁਲਾਏ ਸੀ 2 ਘੰਟੇ ਦੇ ਟਾਈਮ ਦਾ ਸਾਰਾ ਵਕਫਾ ਸੀ ਔਰ ਕਰੀਬ 300-400 ਜਿਹੜਾ ਇਹਨਾਂ ਦਾ ਜਿਹਨਾਂ ਨਾਲ ਨਿੱਜੀ ਸੰਬੰਧ ਹੈ ਕਾਂਗਰਸ ਦੀ ਸਿਪਾਹੀ ਨੇ ਵਰਕਰ ਨੇ ਉਹਨਾਂ ਨਾਲ ਸਾਰਿਆਂ ਨਾਲ ਬਹਿ ਕੇ ਵਿਚਾਰ ਵਟਾਂਦਰਾ ਆਇਆ ਕਿ ਕਿਸ ਤਰੀਕੇ ਨਾਲ ਅਜਨਾਲੇ ਦੀ ਰਣਨੀਤੀ ਬਣਾਈ ਜਾਊਗੀ ਜਿਹੜੀ ਲੋਕ ਸਭਾ ਇਲੈਕਸ਼ਨ ਉੱਥੋਂ ਕਾਂਗਰਸ ਪਾਰਟੀ ਜਿਹੜੀ ਆ ਉਹ ਜਿੱਤ ਕੇ ਨਿਕਲੇ ਸੋ ਇਹਦੇ 'ਤੇ ਵਿਚਾਰ ਵਟਾਂਦਰਾ ਅਸੀਂ ਵਰਕਰਾਂ ਦਾ ਵੀ ਸੁਣਿਆ ਆਪਣੇ ਵੀ ਵਿਚਾਰ ਰੱਖੇ ਆ ਔਰ ਅਲੱਗ ਅਲੱਗ ਤਜ਼ਰਬਾ ਜਿਹੜਾ ਆ ਉਹ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਸਰਪੰਚ ਨੇ ਬਲਾਕ ਸੰਮਤੀ ਨੇ ਸਾਡੇ ਮੈਂਬਰ ਨੇ ਜਿਹੜੇ DCC ਦੇ ਉਹਨਾਂ ਤੋਂ ਅਸੀਂ ਲਏ ਆ ਸੋ ਅਜਨਾਲਾ ਸਾਹਿਬ ਨੇ ਇਹਨਾਂ ਨੇ ਚਰਚਾ ਕੀਤੀ ਔਰ ਇਹ ਤੋਂ ਪਹਿਲਾਂ ਵੀ ਇਹਨਾਂ ਨੇ ਕੀਤੀ ਆ ਸੋ ਇਹਦੀ ਰਣਨੀਤੀ ਅਸੀਂ 1-2 ਦਿਨ 'ਚ ਤੈਅ ਕਰਕੇ ਅਜਨਾਲੇ ਹਲਕੇ 'ਚ ਪੂਰਨ ਤੌਰ ਦੇ ਉੱਤੇ ਹਰ ਜਗ੍ਹਾ 'ਤੇ ਅਸੀਂ ਪਹੁੰਚ ਕਰਾਂਗੇ। ਪਹਿਲੀ ਮੀਟਿੰਗ ਕੀਤੀ ਆ, ਅੱਜ ਕਿੰਨਾ ਪਿਆਰ ਮਿਲਿਆ ਸਾਰੇ? ਬਹੁਤ ਪਿਆਰ ਮਿਲਿਆ, ਬਹੁਤ ਮੁਹੱਬਤ ਮਿਲੀ ਹੈ ਔਰ ਇਹ ਹਮੇਸ਼ਾ ਹੀ ਅਸੀਂ ਰਿਣੀ ਆ ਅਜਨਾਲੇ ਹਲਕੇ ਦੇ ਕਿਉਂਕਿ ਬਹੁਤ ਵੱਡੀ ਲੀਡ ਨਾਲ ਇਹਨਾਂ ਨੇ ਜਿਤਾਉਂਦੇ ਆ। ਉਹੀ ਕਾਰਨ ਹੈ ਕਿ ਸਾਡਾ ਜੀ ਵੀ ਕਰਦਾ ਕਿ ਅਜਨਾਲੇ ਹਲਕਾ ਇੱਕ ਅੰਮ੍ਰਿਤਸਰ ਤੋਂ ਬਾਅਦ ਇੱਕ ਹੋਰ ਸ਼ਹਿਰ ਵਿਕਸਿਤ ਹੋਵੇ। ਜਦੋਂ ਉੱਧਰਲੇ ਬੰਨੇ ਜੰਡਿਆਲਾ ਵੱਧ ਰਿਹਾ, ਇੱਧਰਲੇ ਬੰਨੇ ਅਜਨਾਲਾ ਵੱਧ ਰਿਹਾ। ਇਹੀ ਕਾਰਨ ਹੈ ਕਿ 270 ਕਰੋੜ ਦੀ ਸੜਕ ਜਿਹੜੀ 4 ਲੇਨ ਜਾ ਰਹੀ ਹੈ ਅੰਮ੍ਰਿਤਸਰ ਤੋਂ ਲੈ ਕੇ ਰਮਦਾਸ ਤੱਕ, ਉਹ ਇਹੀ ਇਹ ਕਾਰਨ ਹੈ ਕਿ ਸਾਡਾ ਪਿਆਰ ਹੀ ਆ ਕਿ ਅੱਜ ਉਹ ਹਲਕਾ ਜਿਹੜਾ ਆ ਤੁਸੀਂ ਦੇਖੋ ਬਣਾ ਕੇ ਦਿੱਤੀ ਹੈ ਅਤੇ 20 ਮਿੰਟਾਂ 'ਚ 15 ਮਿੰਟਾਂ 'ਚ ਤੁਸੀਂ ਅੰਮ੍ਰਿਤਸਰ ਆ ਜਾਂਦੇ ਜੇ। ਉਹਦੇ ਨਾਲ ਰਿੰਗ ਰੋਡ ਦੇ ਰਹੇ ਹਾਂ ਕਿ ਰਾਜਾ ਸਾਹਿਬ ਜੀ ਤੋਂ ਪਹਿਲਾਂ ਸੱਜੇ ਚਲੇ ਜਾਓ, ਬਾਬਾ ਬੁੱਢਾ ਸਾਹਿਬ ਨੂੰ ਚੱਲਣਾ ਉੱਧਰੋਂ ਆਉਂਦੇ ਸੱਜੇ ਮੁੜ ਜਾਓ, ਬਾਬਾ ਬੁੱਢਾ ਸਾਹਿਬ ਚਲੇ ਜਾਓ। ਮਤਲਬ ਅਸੀਂ ਕੋਸ਼ਿਸ਼ ਕੀਤੀ ਕਿ ਟਾਈਮ ਦੀ ਵੀ ਲੋਕਾਂ ਦੀ ਬੱਚਤ ਹੋਵੇ, ਸੰਦ ਵੀ ਖਰਾਬ ਨਾ ਹੋਣ, ਕੋਸਟ ਵੀ ਉਹਨਾਂ ਦੀ ਘਟੇ ਔਰ ਇਹ ਸਾਰੀਆਂ ਚੀਜ਼ਾਂ ਦੂਰ ਅੰਦੇਸ਼ੀ ਨਾਲ ਹੀ ਕੀਤੀਆਂ ਨੇ ਔਰ ਅਜਨਾਲੇ ਹਲਕੇ 'ਤੇ ਸਾਨੂੰ ਇਸ ਗੱਲ ਦਾ ਮਾਣ ਹੈ ਔਰ ਖੁਸ਼ੀ ਵੀ ਅੱਜ ਮਹਿਸੂਸ ਹੋਈ ਹੈ ਸਾਰੇ ਪਰਿਵਾਰ ਨੂੰ। ਕੁੰਵਰ ਜੀ ਨੇ, ਇਹਨਾਂ ਦੇ ਸਾਰੇ ਸੱਜਣ ਮਿੱਤਰ ਔਰ ਇਹਨਾਂ ਦੇ ਨਜ਼ਦੀਕੀ ਸੰਬੰਧ ਵਾਲੇ ਸਾਰੇ ਲੋਕ ਆਏ ਨੇ ਜਿਹੜੇ ਅਜਨਾਲੇ ਹਲਕੇ ਤੋਂ ਬਿਲੋਂਗ ਕਰਦੇ ਨੇ। ਅਸੀਂ ਸ਼ੁਰੂਆਤ ਕੀਤੀ ਹੈ ਔਰ ਹਮੇਸ਼ਾ ਹੀ ਜਦੋਂ ਸ਼ੁਰੂਆਤ ਕਰੀਦੀ ਹੈ ਤਾਂ ਮਨ ਦੇ ਵਿੱਚ ਇੱਕ ਜੋਸ਼ ਹੁੰਦਾ ਹੈ, ਵਲਵਲਾ ਹੁੰਦਾ ਹੈ ਵੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਨੂੰ ਬਹੁਤ ਵਧੀਆ ਢੰਗ ਨਾਲ ਅਸੀਂ ਲੜੀਏ। ਔਰ ਇਸ ਵੇਲੇ ਜੋ ਸਥਿਤੀ ਹੈ ਔਰ ਲੋਕਾਂ ਦਾ ਜੋ ਇਸ ਵੇਲੇ ਸੁਨੇਹਾ ਹੈ, ਲੋਕਾਂ ਦਾ ਜਿਹੜਾ ਜੋਸ਼ ਹੈ ਉਹ ਅੱਜ ਅਸੀਂ ਦੇਖ ਲਿਆ, ਉਹਨਾਂ ਦਾ ਪਿਆਰ ਦੇਖਿਆ ਔਰ ਮੈਨੂੰ ਪੂਰਨ ਯਕੀਨ ਹੈ ਵੀ ਆਉਣ ਵਾਲੀ ਇਲੈਕਸ਼ਨ ਜਿਹੜੀ ਹੈ ਬਹੁਤ ਵਧੀਆ ਢੰਗ ਨਾਲ ਹੀ ਲੜਨੀ ਹੈ। ਔਰ ਮੇਰਾ ਖਿਆਲ ਹੈ ਵੀ ਜਿੰਨਾ ਜੋਸ਼ ਵਰਕਰ 'ਚ ਇਸ ਵੇਲੇ ਪਾਰਟੀ ਦੇ ਪ੍ਰਤੀ ਹੈ ਇਹ ਵੀ ਬਹੁਤ ਵੱਡੀ ਗੱਲ ਹੈ। ਔਰ ਮੈਂ ਤੁਹਾਨੂੰ ਇੱਕੋ ਵਿਸ਼ਵਾਸ ਦਿਵਾਉਣਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਦਾ ਜਿਹੜਾ ਇਸ ਵੇਲੇ ਗ੍ਰਾਫ ਹੈ ਉਹ ਇੰਨਾ ਵਧਣਾ ਹੈ ਵੀ ਅੰਮ੍ਰਿਤਸਰ ਦੀ ਸੀਟ ਜਿਹੜੀ ਹੈ ਉਹ ਪਾਰਲੀਮੈਂਟ ਦੀ ਜਿਹੜੀ ਅਸੀਂ ਸ਼ਾਨ ਸਰ ਗੁਰਜੀਤ ਸਿੰਘ ਔਜਲੇ ਨਾਲ ਜਿਤਾਵਾਂਗੇ ਔਰ ਪਾਰਲੀਮੈਂਟ ਦੇ ਵਿੱਚ MP ਬਣਾ ਕੇ ਅਸੀਂ ਭੇਜਾਂਗੇ ਔਰ ਅੰਮ੍ਰਿਤਸਰ ਦਾ ਨਾਂ ਉੱਚਾ ਕਰਾਂਗੇ। ਅਜਨਾਲਾ ਸਾਹਿਬ, ਤੁਹਾਡੇ ਪਿਆਰ 'ਤੇ ਸ਼ੱਕ ਕੀਤਾ ਜਾਂਦਾ ਵਾ ਲਗਾਤਾਰ, ਮੋਦੀਆਂ ਵੱਲੋਂ ਤਾਨੇ ਕੱਸੇ ਜਾਂਦੇ ਆ। ਇੱਕੋ ਗੱਲ ਦੱਸਿਆ ਜੀ, ਇੱਕੋ ਹੀ ਸਾਡੇ 'ਚ ਨੁਕਸ ਹੈ, ਰਿਜ਼ਲਟ ਵੇਖ ਲਓ ਸਾਡਾ। ਅਸੀਂ ਇੱਕੋ ਗੱਲ ਦੱਸਿਆ, ਅਸੀਂ ਜੋ ਮਰਜ਼ੀ ਮਨ 'ਚ ਗੱਲ ਹੋਵੇ ਲੇਕਿਨ ਪਾਰਟੀ ਦੀ ਜਦੋਂ ਲੜਾਈ ਆਉਂਦੀ ਆ ਅਸੀਂ ਉਦੋਂ ਸਕੇ ਭਰਾ ਵਾਂਗੂ ਲੜਦੇ ਹਾਂ ਔਰ ਅਸੀਂ ਇਲੈਕਸ਼ਨ ਹਮੇਸ਼ਾ ਵੱਧ ਤੋਂ ਵੱਧ ਵੋਟਾਂ ਨਾਲ ਅਸੀਂ ਜਿਤਾਉਂਦੇ ਹਾਂ ਹਲਕਾ। ਤੁਸੀਂ ਪਿਛਲਾ ਰਿਕਾਰਡ ਕੱਢ ਕੇ ਵੇਖ ਲਓ, ਉਦੋਂ ਪਿਛਲਾ ਦੇਖ ਲਓ ਔਰ ਕੈਪਟਨ ਸਾਹਿਬ ਵਰੀ ਵੀ ਅਸੀਂ ਇਹ
ਜਿਹੜਾ ਹਲਕਾ ਜਿਤਾਇਆ ਔਰ ਸਾਡਾ ਜਿਹੜਾ ਜਿਹੜਾ ਰੋਲ ਹੈ ਉਹ ਪਾਰਟੀ ਦੇ ਪ੍ਰਤੀ ਸਾਰਿਆਂ ਨੂੰ ਉੱਥੇ ਭਰਾ ਮੰਨ ਕੇ ਚੱਲਦੇ ਹਾਂ ਔਰ ਇਹ ਗੱਲਾਂ ਜਿਹੜੀਆਂ ਬੜੀਆਂ ਮਾਮੂਲੀ ਨੇ ਉਹਨਾਂ ਦੀ ਗੱਲ ਇੱਕ ਦੀ ਪਰਵਾਹ ਨਹੀਂ ਕੀਤੀ ਜਿਤਾ ਕੇ ਘੱਲਾਂਗੇ ਗੁਰਜੀਤ ਸਿੰਘ ਬਾਦਲ।